ਅਤੇ ਅੱਜ ਦੇ ਵਲੌਗ 'ਚ ਆਪਾਂ ਦੱਸਦੇ ਹਾਂ ਤੁਹਾਨੂੰ ਵੀ ਅੱਜ ਆਪਾਂ ਝੋਨੇ ਦੇ ਵਿੱਚ ਘਾਹ ਬੂਸ ਜਿਹੜਾ ਹੁੰਦਾ ਮਾੜਾ ਮੋਟਾ ਉੱਗ ਰਿਹਾ ਹੁੰਦਾ ਬੂਟੇ ਉਹ ਕੱਢਣ ਲੱਗੇ ਹਾਂ। ਆਵੇ ਕੱਢੇ ਪਏ ਅਤੇ ਆਹ ਪੱਲੀ ਵਿਛਾਈ ਹੈ, ਰੋਟੀ ਖਾ ਕੇ ਹਟਿਆ ਹੁਣ, ਅਤੇ ਆਹ ਗੰਦ ਕੱਢਿਆ। ਅਤੇ ਮੌਸਮ ਬੱਦਲਵਾਈ ਵਾਲਾ ਅਤੇ ਬੰਦੇ ਆਹ ਲੱਗੇ ਪਏ ਆ, 8-9 ਜਣੇ ਆ ਇਹ। ਅਤੇ ਮੌਸਮ ਅੱਜ 90% ਚਾਂਸ ਆ ਮੀਂਹ ਦਾ, ਵੇਖੋ ਨੈੱਟ 'ਤੇ ਆਉਂਦਾ ਕਿ ਨਹੀਂ ਆਉਂਦਾ, ਬੱਦਲ ਤਾਂ ਬਣੇ ਪਏ ਆ। ਅਤੇ ਝੋਨੇ ਨੂੰ ਰੇਹ ਪਾਈ ਸੀ ਆਪਾਂ, ਅਤੇ ਨਾਲ 2 ਐਟਮਾਂ ਪਾਈਆਂ ਸੀ ਜਿਹੜੀਆਂ ਪਿਛਲੀ ਵੀਡੀਓ 'ਚ ਵੇਖੀਆਂ ਹੋਣੀਆਂ। ਝੋਨੇ ਦਾ ਰੰਗ ਵਧੀਆ ਬਣ ਗਿਆ, ਜੇ ਕਿਸੇ ਨੇ ਪਾਉਣੀਆਂ ਹੋਣ ਤਾਂ ਉਹ ਪਾ ਸਕਦੇ ਹਾਂ ਤੁਸੀਂ, ਕਾਲੇ ਰੰਗ ਦਾ ਹੋ ਗਿਆ ਪੂਰਾ ਝੋਨਾ, ਉੱਤੋਂ ਜੇ ਇੱਕ ਮੀਂਹ ਪੈ ਗਿਆ ਤਾਂ ਵਧੀਆ ਬਣ ਜੂਗਾ ਬੂਟਾ। ਇੱਧਰ ਸਮਾਨ ਪਿਆ ਇਹਨਾਂ ਦਾ, ਅਤੇ ਮੈਂ ਚੱਲਿਆ ਸੀ ਘਰੇ ਹੁਣ, ਇਹਨਾਂ ਦੀ ਲੈ ਕੇ ਆਉਣੀ ਆ ਚਾਹ। ਅਤੇ ਆਹ ਝੋਲੇ ਪਏ ਆ, ਅਤੇ ਹੁਣ ਜਾ ਕੇ ਮੈਂ ਲਿਆਉਣਾ ਚਾਹ। ਅਤੇ ਆਹ ਵੇਖੋ ਇੱਧਰ ਇੰਨੇ ਕੁ ਬੱਦਲ ਬਣੇ ਪਏ ਆ, ਅਤੇ ਝੋਨਾ ਕਾਲਾ ਹੋ ਗਿਆ। ਅਤੇ ਇਹ ਹਿਸਾਬ ਕਿਤਾਬ ਹੁੰਦਾ, ਕਈ ਬੰਦੇ ਨੇ ਮੈਨੂੰ ਮੈਸੇਜ ਕੀਤੇ ਆ ਇੰਸਟਾ 'ਤੇ, ਕਹਿੰਦੇ ਜਿਹੜੇ ਥੋੜ੍ਹਾ ਜਿਹਾ ਰਹਿੰਦੇ ਆ ਬਾਹਰ, ਜਿਵੇਂ ਮੰਨ ਲਓ ਕਨੇਡਾ ਹੋ ਗਿਆ ਜਾਂ ਹੋਰ ਕੰਟਰੀ 'ਚ ਰਹਿੰਦੇ ਆ, ਉਹਨਾਂ ਨੇ ਮੈਸੇਜ ਕੀਤੇ ਇੰਸਟਾ 'ਤੇ, ਕਹਿੰਦੇ ਵੀ ਵੀਡੀਓ ਪਾਇਆ ਕਰੋ ਤੁਸੀਂ ਜਿਹੜੀਆਂ ਖੇਤਾਂ ਦੀਆਂ ਵੀਡੀਓ ਹੁੰਦੀਆਂ, ਕਿਉਂਕਿ ਆਮ ਹੀ ਜ਼ਿਮੀਂਦਾਰਾਂ ਦੇ ਮੁੰਡੇ ਕਈ ਗਏ ਆ ਬਾਹਰ, ਅਤੇ ਪਹਿਲਾਂ ਜ਼ਿਮੀਂਦਾਰਾਂ ਦੇ ਮੁੰਡੇ ਜਿਵੇਂ ਖੇਤਾਂ 'ਚ ਕੰਮ ਕਰਦੇ ਆ ਨਾ, ਬਾਹਰ ਜਾਵੜੇ ਉਹ ਇਹ ਚੀਜ਼ਾਂ ਨੂੰ ਮਿਸ ਕਰਦੇ ਆ ਜਿਹੜੀਆਂ ਆਪਾਂ ਖੇਤ ਦੇ ਵਿੱਚ ਹੁੰਦਾ ਸਾਰਾ ਹਿਸਾਬ ਕਿਤਾਬ। ਜਿਵੇਂ ਹੁਣ ਪੱਲੀ ਵਿਛਾ ਕੇ ਰੋਟੀ ਖਾਣੀ, ਜਿਵੇਂ ਉਹ ਪੱਲੀ ਵਿਛਾਈ ਪਈ ਆ, ਪਾਣੀ ਪਿਆ, ਉੱਥੇ ਬਹਿ ਕੇ ਰੋਟੀ ਖਾਣੀ, ਅਤੇ ਮੰਜੇ 'ਤੇ ਬਹਿ ਕੇ ਰੋਟੀ ਖਾਣੀ, ਜਾਂ ਪੈਣਾ ਖੇਤ ਹੈ ਨਾ, ਹਵਾ ਵਗਦੀ ਆ, ਅਤੇ ਇਹ ਚੀਜ਼ਾਂ ਕਿਸੇ ਕਿਸੇ ਨੂੰ ਵਿਰਲੇ ਨੂੰ ਨਸੀਬ ਹੁੰਦੀਆਂ, ਕਿਉਂਕਿ ਜ਼ਿਆਦਾ ਪੈਸੇ ਆਉਣ ਨਾਲ ਵੀ ਬੰਦੇ ਦਾ ਜੇ ਹਿਸਾਬ ਕਿਤਾਬ ਲੱਗੇ, ਜਿਹੜੇ ਪੈਲੀ ਠੇਕੇ ਠੂਕੇ ਦਿੰਦੇ ਜ਼ਿਆਦਾ ਵਾਹਣ ਆ ਜਿਨ੍ਹਾਂ ਕੋਲ 100-200 ਕਿੱਲਾ, ਉਹ ਇਹ ਚੀਜ਼ਾਂ ਦਾ ਆਨੰਦ ਨਹੀਂ ਲੈ ਸਕਦੇ। ਇਹ ਜਿਹੜਾ ਮੌਸਮ ਦਾ ਆਨੰਦ ਜਿਵੇਂ ਕਹਿ ਸਕਦੇ ਹਾਂ, ਤੁਸੀਂ ਘੁੰਮਣ ਜਾਂਦੇ ਹਾਂ ਦੂਰ ਦੁਰਾਡੇ, ਜਿਵੇਂ ਮੰਨ ਲਓ ਸ਼ਿਮਲਾ ਵਗੈਰਾ ਦੇ ਵਿੱਚ, ਅਤੇ ਸੇਮ ਜਦੋਂ ਹੁਣ ਬੱਦਲ ਬਣੇ ਆ ਅਤੇ ਇਹੀ ਮਾਹੌਲ ਬਣਿਆ ਪਿਆ ਖੇਤਾਂ 'ਚ ਵੀ, ਹਵਾ ਚੱਲ ਰਹੀ ਆ ਅਤੇ ਬੱਦਲ ਬਣੇ ਪਏ ਆ, ਅਤੇ ਉਹ ਮੋਟਰ ਵਾਲਾ ਕੋਠਾ ਉੱਥੇ ਤਾਂ ਫਿਰ ਬਹਿ ਜੇ ਬੰਦਾ ਤਾਂ ਜੀ ਪੂਰਾ ਲੱਗਦਾ ਬੰਦੇ ਦਾ, ਸ਼ਾਂਤੀ ਹੁੰਦੀ ਚਾਰੇ ਪਾਸੇ, ਨਾ ਕੋਈ ਰੌਲਾ ਰੱਪਾ। ਅਤੇ ਇਹ ਚੀਜ਼ਾਂ ਹੁੰਦੀਆਂ ਖੇਤ, ਇਹ ਸ਼ਹਿਰ ਵਾਲੇ ਜਿਹੜੇ ਆ ਹੁਣ ਇਹ ਸ਼ਾਂਤੀ ਨਹੀਂ ਇਹਨਾਂ ਨੂੰ ਮਿਲਦੀ, ਤਾਂ ਘੁੰਮਣ ਜਾਂਦੇ ਆ, ਕੋਈ ਸ਼ਿਮਲੇ ਜਾਂਦਾ ਕੋਈ ਕਿਵੇਂ, ਉਹ ਜ਼ਿਮੀਂਦਾਰ ਵੀ ਜਾਣ ਲੱਗ ਪਏ। ਪਰ ਜੇ ਆਪਾਂ ਵੇਖਿਆ ਜਾਵੇ ਤਾਂ ਖੇਤ ਜੇ ਆਪਾਂ ਆ ਜਾਈਏ ਕੰਮ ਕਰਕੇ ਤਾਂ ਇਹ ਵੀ ਸ਼ਿਮਲੇ ਤੋਂ ਘੱਟ ਨਹੀਂ ਮਾਹੌਲ। ਜਦੋਂ ਮੌਸਮ ਬੱਦਲਵਾਈ ਵਾਲਾ ਹੋਵੇ ਤਾਂ ਖੇਤ ਵੀ ਸ਼ਿਮਲੇ ਵਾਲਾ ਹਿਸਾਬ ਹੀ ਹੋ ਜਾਂਦਾ। ਚਲੋ ਆਪਾਂ ਹੁਣ ਚੱਲਦੇ ਹਾਂ, ਲਿਆਉਣੇ ਇਹਨਾਂ ਵਾਸਤੇ ਚਾਹ, ਅਤੇ ਲਾਉਣਗੇ ਅੱਧੀ ਕੁ ਦਿਹਾੜੀ, ਇਹ ਘੰਟੇ ਦਾ 35-40 ਰੁਪਈਆ ਰੇਟ ਚੱਲਦਾ ਇਹਨਾਂ ਦਾ, ਅੱਧੀ ਦਿਹਾੜੀ ਤਾਂ 200 ਲੈਂਦੇ ਆ ਇਹ, 200 ਦੇ ਵਿੱਚ 5-6 ਘੰਟੇ ਲਾ ਦਿੰਦੇ ਆ, ਉਹੀ 40 ਰੁਪਈਏ ਘੰਟਾ ਪੈ ਜਾਂਦਾ, ਕੋਈ ਅੱਧਾ ਘੰਟਾ ਵੱਧ ਵੀ ਲਾ ਦਿੰਦੇ। ਅਤੇ ਹੁਣ ਆਪਾਂ ਲਿਆਉਣੇ ਚਾਹ, ਅਤੇ ਫਿਰ ਇਹਨਾਂ ਦਾ ਹਟਣ ਦਾ ਟਾਈਮ ਹੋ ਜਾਊਗਾ, 11 ਕੁ ਵਜੇ ਨੂੰ ਚਾਹ ਪੀਣਗੇ, ਕੋਈ 1:30-2 ਵਜੇ ਤਾਈਂ ਲੱਗਣਗੇ ਇਹ। ਪੂਰਾ ਬੱਦਲ ਬਣਿਆ ਪਿਆ ਅਤੇ ਹੁਣ ਬਸ ਮੀਂਹ ਦੀ ਕਮੀ ਆ, ਜੇ ਆ ਜਾਏ ਤਾਂ, ਕਾਲੇ ਬੱਦਲ ਬਣੇ ਪਏ ਆ ਪੂਰੇ ਬੱਦਲਾਂ ਦਾ, ਹੁਣ ਵੇਖੋ ਕੀ ਹਿਸਾਬ ਕਿਤਾਬ ਆ, ਮੀਂਹ ਆਉਂਦਾ ਕਿ ਨਹੀਂ ਆਉਂਦਾ ਅੱਜ, ਜੇ ਅੱਜ ਨਾ ਆਇਆ ਫਿਰ ਮੁਸ਼ਕਲ ਆ। ਮੌਸਮ ਅੱਜ ਬਹੁਤ ਵਧੀਆ ਹੋਇਆ ਪਿਆ, ਅਤੇ ਝੋਨੇ 'ਚ ਲੱਗੇ ਪਏ ਆਪਣੇ ਜਿਹੜਾ ਮਾੜਾ ਮੋਟਾ ਗੰਦ ਜਿਹਾ ਸੀਗਾ, ਉਹਦੇ ਵਿੱਚ ਕੀੜਾ ਜਿਹਾ ਕੱਢਣਾ, ਉਹ ਲੱਗੇ ਆ ਬੰਦੇ, ਅਤੇ ਪਨੀਰੀ ਵਾਲੀ ਥਾਂ 'ਚ ਹੁਣ ਕੱਢੀ ਜਾਂਦੇ ਆ, ਅਤੇ ਝੋਨੇ 'ਚੋਂ ਕੱਢ ਦੇਣਗੇ ਕੱਲ੍ਹ ਨੂੰ, 2-3 ਦਿਨਾਂ 'ਚ ਕੱਢ ਦੇਣਗੇ, 8-9 ਜਣੇ ਆ ਇਹ।
ਮੌਸਮ ਬਹੁਤ ਵਧੀਆ ਮੀਂਹ ਦੱਸ ਕੇ ਗਏ ਅੱਜ ਵੇਖੋ ਹੁਣ ਪੈਂਦਾ ਕਿ ਨਹੀਂ ਪੈਂਦਾ ਮੀਂਹ ਚਾਹ ਲਿਆਂਦੀ ਮੈਂ ਹੁਣ ਇਹਨਾਂ ਦੀ ਅਤੇ ਝੋਨਾ ਰੇਹ ਪਾਉਣ ਨਾਲ ਵਧੀਆ ਬਣ ਗਿਆ ਹੁਣ ਅਤੇ ਰੇਹ ਪੂਰੀ ਹੋ ਗਈ ਹੈ ਝੋਨੇ ਦੀ